ਫਰੈਂਡਸ ਮੈਂ ਤੁਹਾਡੀ ਆਪਣੀ ਸ਼ਾਲੂ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਅੱਜ ਦੀ ਇੱਕ ਹੋਰ ਸਪੈਸ਼ਲ ਗੌਸਿਪ। ਦਰਸ਼ਕੋ ਮੈਂ ਗੱਲ ਕਰਨ ਜਾ ਰਹੀ ਹਾਂ ਜੀ ਖਾਨ ਦੇ ਬਾਰੇ। ਜੀ ਖਾਨ ਕਾਫੀ ਸਮੇਂ ਤੋਂ ਚਰਚਾ ਦੇ ਵਿੱਚ ਚੱਲ ਰਹੇ ਨੇ ਅਤੇ ਉਹਨਾਂ ਦੇ ਜਿੰਨੇ ਵੀ ਗੀਤ ਹੁਣ ਤੱਕ ਆਏ ਨੇ ਸਾਰੇ ਗੀਤ ਰਹੇ ਨੇ ਜੀ ਉਹਨਾਂ ਦੇ ਸੁਪਰ ਡੁਪਰ ਹਿੱਟ। ਅਤੇ ਹਾਲਾਂ ਦੇ ਵਿੱਚ ਹੀ ਜੀ ਖਾਨ ਦਾ ਇੱਕ ਗੀਤ ਆਇਆ ਸੀ ਜਿਸ ਦਾ ਨਾਮ ਸੀ ਮੁੰਡੇ ਚੰਡੀਗੜ੍ਹ ਸ਼ਹਿਰ ਦੇ। ਮੁੰਡੇ ਚੰਡੀਗੜ੍ਹ ਸ਼ਹਿਰ ਦੇ ਗੀਤ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਅਤੇ ਗੀਤ ਟਿਕਟੋਕ 'ਤੇ ਵੀ ਬਹੁਤ ਜ਼ਿਆਦਾ ਚੱਲਿਆ ਅਤੇ ਖਾਸ ਗੱਲ ਜੀ ਗੀਤ ਰਿਹਾ ਜੀ ਨੰਬਰ 1 ਟ੍ਰੈਂਡਿੰਗ 'ਤੇ। ਲਓ ਜੀ ਇਹ ਤਾਂ ਸੀ ਜੀ ਖਾਨ ਦੇ ਕੁਝ ਗੀਤਾਂ ਦੀ ਗੱਲ। ਹੁਣ ਆਪਾਂ ਵੱਧਦੇ ਹਾਂ ਕੁਝ ਟੁੱਟੇ ਹੋਏ ਦਿਲਾਂ ਦੇ ਵੱਲ। ਜ਼ਰੂਰੀ ਨਹੀਂ ਹੈਗਾ ਕਿ ਆਮ ਲੋਕਾਂ ਦੇ ਦਿਲ ਟੁੱਟਦੇ ਨੇ, ਬਈ ਸਾਡੇ ਪੰਜਾਬੀ ਇੰਡਸਟਰੀ ਦੇ ਕੁਝ ਸਿੰਗਰਸ ਦੇ ਦਿਲ ਵੀ ਟੁੱਟੇ ਨੇ। ਹਾਂ ਇਹ ਗੱਲ ਵੱਖਰੀ ਹੈ ਕਿ ਕਈਆਂ ਦੇ ਇਸ ਇੰਡਸਟਰੀ ਦੇ ਵਿੱਚ ਆਉਣ ਤੋਂ ਬਾਅਦ ਦਿਲ ਟੁੱਟੇ ਨੇ ਅਤੇ ਕਈਆਂ ਦੇ ਦਿਲ ਟੁੱਟੇ ਨੇ ਜੀ ਇਸ ਇੰਡਸਟਰੀ ਦੇ ਵਿੱਚ ਆਉਣ ਤੋਂ ਪਹਿਲਾਂ, ਅਤੇ ਉਹ ਟੁੱਟੇ ਹੋਏ ਦਿਲਾਂ ਨੇ ਇਹਨਾਂ ਨੂੰ ਸਿੰਗਰ ਬਣਾ ਦਿੱਤਾ। ਐਵੇਂ ਕੁਝ ਹੋਇਆ ਜੀ ਖਾਨ ਦੇ ਨਾਲ, ਯਕੀਨ ਨਹੀਂ ਆ ਰਿਹਾ, ਖੁਦ ਜੀ ਖਾਨ ਦੇ ਮੂੰਹੋਂ ਸੁਣ ਲਓ। ਇੱਕ ਸੀਗੀ ਯਾਰ ਕਮਲੀ ਜੀ, ਨਾਲੇ ਆਪ ਕਮਲੀ ਸੀ ਨਾਲੇ ਮੈਨੂੰ ਕਮਲਾ ਬਣਾ ਗਈ ਹੈ। ਗਾਣਾ ਗਾਉਣਾ ਉਹਨਾਂ ਦੇ ਵੀ ਗਾਣਾ ਸਿਖਾ ਗਈ ਹੈ। ਉਹਦੀ ਯਾਦ 'ਚ ਗਾਣਾ ਗਾਉਂਦੇ ਰਹਿੰਦੇ ਹਾਂ, ਤੁਹਾਨੂੰ ਚੰਗਾ ਲੱਗਦਾ ਰਹਿੰਦਾ, ਬਸ ਇਹਦੇ ਨਾਲ ਆਪਣੀ ਰੋਟੀ ਚੱਲੀ ਗਈ ਹੈ, ਹੋਰ ਗੱਲ ਕਰਦੇ ਨਹੀਂ ਹੈਗੇ। ਜੀ ਹਾਂ, ਜੀ ਖਾਨ ਦਾ ਹਾਲਾਂ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਵੀ ਦਿਲ ਟੁੱਟਿਆ ਸੀ ਅਤੇ ਉਹਨਾਂ ਦੇ ਟੁੱਟੇ ਹੋਏ ਦਿਲ ਨੇ ਹੀ ਉਹਨਾਂ ਨੂੰ ਬਣਾ ਦਿੱਤਾ ਜੀ ਸਿੰਗਰ। ਤੁਹਾਨੂੰ ਹੁਣ ਜੀ ਖਾਨ ਕਿੰਨੇ ਕੁ ਪਸੰਦ ਨੇ ਅਤੇ ਉਹਨਾਂ ਦੀ ਗਾਇਕੀ ਕਿੰਨੀ ਕੁ ਪਸੰਦ ਹੈ ਅਤੇ ਉਹਨਾਂ ਦੇ ਨਾਲ ਤੁਸੀਂ ਇਸ ਗੱਲ ਤੋਂ ਕਿੰਨੇ ਕੁ ਸਹਿਮਤ ਹੋ ਜਾਂ ਫਿਰ ਤੁਹਾਡੇ ਕਿਹਨਾਂ ਕਿਹਨਾਂ ਦੇ ਦਿਲ ਟੁੱਟੇ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਅਤੇ ਹੁਣ ਮੈਂ ਚੱਲਦੀ ਹਾਂ, ਅਗਲੀ ਵਾਰ ਆਵਾਂਗੀ ਇੱਕ ਨਵੀਂ ਗੌਸਿਪ ਦੇ ਨਾਲ ਅਤੇ ਹੋਰ ਵੀ ਵਧੀਆ ਤੋਂ ਵਧੀਆ ਗੌਸਿਪ ਦੇ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਅਤੇ ਪ੍ਰੈਸ ਕਰੋ ਬੈਲ ਆਈਕਨ ਨੂੰ ਤਾਂ ਕਿ ਤੁਹਾਨੂੰ ਹੋਰ ਵੀ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ। ਹੁਣ ਮੈਂ ਚੱਲਦੀ ਹਾਂ, ਪਰ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਦੇਖਦੇ ਰਹੋ ਚੈਨਲ ਸ਼ਾਮ ਪੰਜਾਬੀ ਮਾਣ ਪੰਜਾਬ ਦਾ। ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ।